ਜਿਸ ਦੇ ਵਿੱਚ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਡਾਕਟਰ ਵੀ ਨੇ ਐਕਸਪਰਟ, ਉਹ ਕਰੋਨਾ ਅਤੇ ਬਲੈਕ ਫੰਗਸ 'ਤੇ ਲੋਕਾਂ ਨੂੰ ਗਾਈਡ ਕਰਨਗੇ, ਸਲਾਹ ਦੇਣਗੇ, ਤਾਂ ਜੋ ਲੋਕਾਂ ਨੂੰ ਜਿਹੜੀ ਪ੍ਰੋਬਲਮ ਗੰਭੀਰ ਮਹਾਂਮਾਰੀ ਦਾ ਰੂਪ ਧਾਰਨ ਕੀਤਾ ਹੋਇਆ ਉਹ ਉਹਨਾਂ ਦੇ ਵਿੱਚ ਲੋਕਾਂ ਨੂੰ ਮਦਦ ਮਿਲ ਸਕੇ ਅਤੇ ਉਹ ਕਿਸ ਤਰ੍ਹਾਂ ਦਾ ਇਲਾਜ ਕਰਾਉਣ। ਅੱਗੇ ਬਰੀਫ ਸਾਡੇ ਡਾਕਟਰ ਦੀਪਕ ਬਾਂਸਲ ਜੀ ਲੁਧਿਆਣਾ ਦੇ ਇੰਚਾਰਜ ਨੇ ਡਾਕਟਰ ਵਿੰਗ ਦੇ। ਨੰਬਰ ਕਿਹੜਾ ਜਾਰੀ ਕੀਤਾ ਜੀ? ਨੰਬਰ ਜਾਰੀ ਹੈ ਜੀ 7827275743। ਇੱਥੋਂ ਕੀ ਜਾਣਕਾਰੀ ਮਿਲਦੀ? ਇੱਥੇ ਜੋ ਵੀ ਕਰੋਨਾ ਅਤੇ ਬਲੈਕ ਫੰਗਸ ਬਾਰੇ ਕਿਸੇ ਵੀ ਪੇਸ਼ੈਂਟ ਨੇ ਕੋਈ ਸਲਾਹ ਲੈਣੀ ਹੈ, ਐਡਵਾਈਸ ਲੈਣੀ ਹੈ ਕਿ ਕੀ ਉਹ ਘਰ ਦੇ ਵਿੱਚ ਕੁਆਰੰਟਾਈਨ ਹੋਵੇ ਜਾਂ ਹੋਸਪਿਟਲ ਹੋਵੇ ਜਾਂ ਕਿਹੜਾ ਹੋਸਪਿਟਲ ਇਹਦੇ ਲਈ ਠੀਕ ਹੈ, ਕਿੱਥੇ ਉਹ ਜਾਣਾ ਚਾਹੀਦਾ, ਕਿਹੜਾ ਇਲਾਜ ਕਰਾਉਣਾ ਚਾਹੀਦਾ, ਸਾਰੀ ਕਿਸਮ ਦੀ ਐਡਵਾਈਸ ਡਾਕਟਰੀ ਦੇ ਨਾਲ ਰਿਲੇਟਡ ਇਸ ਨੰਬਰ 'ਤੇ ਉਹਨਾਂ ਨੂੰ ਐਕਸਪਰਟ ਡਾਕਟਰ ਤੋਂ ਮਿਲੇ। ਹੁਣ ਤੁਹਾਡੇ ਅੱਗੇ ਸਾਡੇ ਜੀ ਡਾਕਟਰ ਦੀਪਕ ਬਾਂਸਲ ਜੀ। ਐਸ ਐਸ ਜੀ ਜੀ ਸਰ ਸਰ ਸ਼ੁਭ ਨਾਮ ਤੋਂ ਹੈ ਜੀ। ਹਾਂਜੀ, ਮੈਂ ਮੇਰਾ ਨਾਮ ਦੀਪਕ ਹੈ, ਮੈਂ ਡਾਕਟਰ ਹੂੰ ਔਰ ਯਹਾਂ ਪੇ ਆਮ ਆਦਮੀ ਪਾਰਟੀ ਕੇ ਸਾਥ ਜੁੜਾ ਹੁਆ ਹੂੰ। ਸੋ ਐਜ਼ ਏ ਡਾਕਟਰ ਐਜ਼ ਏ ਮਰੀਜ਼ ਸਾਰੇ ਕੇ ਸਾਰੇ ਲੋਕ ਜਾਣਤੇ ਹੈ ਕਿ ਜਿਸ ਤਰ੍ਹਾਂ ਸੇ ਯੇ ਪੈਂਡਾਮਿਕ ਹੁਆ ਹੁਆ ਹੈ ਉਸਮੇ ਮਰੀਜ਼ੋਂ ਕੋ ਬਹੁਤ ਪ੍ਰੋਬਲਮ ਆਤੀ ਹੈ। ਆਜ ਵੀ ਮੈਂ ਜਾਂ ਕੋਈ ਔਰ ਡਾਕਟਰ ਆਪਣੇ ਮਰੀਜ਼ੋਂ ਕੇ ਇਲਾਵਾ ਵੀ ਰੋਜ਼ਾਨਾ 8-10 ਫੋਨ ਅਟੈਂਡ ਕਰਤਾ ਹੈ ਜੋ ਉਨਕੇ ਰਿਸ਼ਤੇਦਾਰੋਂ ਕੇ ਦੋਸਤੋਂ ਕੇ ਪੜੋਸੀਓਂ ਕੇ ਹੋਤੇ ਹੈ ਔਰ ਵੋ ਯੇ ਜਾਣਕਾਰੀ ਲੈਣਾ ਚਾਹਤੇ ਹੋਤੇ ਹੈ ਕਿ ਹਮੇ ਬੁਖਾਰ ਹੋ ਗਿਆ, ਕਿਆ ਯੇ ਕਰੋਨਾ ਹੋ ਸਕਦਾ ਕਿ ਨਹੀਂ ਹੋ ਸਕਦਾ, ਅਗਰ ਵੋ ਕਰੋਨਾ ਨਿਕਲ ਆਉਂਦਾ ਟੈਸਟ ਹੋ ਜਾਂਦਾ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਇਹ ਸਾਰੇ ਕੁਐਸਚਨ ਉਹਨਾਂ ਦੇ ਵਿੱਚ ਹੁੰਦੇ ਹੈ। ਜੇ ਕਰੋਨਾ ਆ ਗਿਆ ਉਹ ਦਵਾਈ ਲੈਣੀ ਚਾਹੀਦੀ ਹੈ, ਕਿਹੜੀ ਦਵਾਈ ਲੈਣੀ ਚਾਹੀਦੀ ਹੈ, ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ, ਕਿਹੜੇ ਡਾਕਟਰ ਨੂੰ ਮਿਲਣਾ ਚਾਹੀਦਾ, ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਕਰੋਨਾ ਇੱਕ ਤੋਂ ਦੂਸਰੇ ਨੂੰ ਫੈਲਦਾ ਹੈ, ਡਾਕਟਰ ਆਸਾਨੀ ਨਾਲ ਮਿਲਦੇ ਨਹੀਂ, ਅਗਰ ਮਿਲਦੇ ਹੈ ਔਨਲਾਈਨ ਕਾਲਿੰਗ ਹੁੰਦੀ ਹੈ, ਵੀਡੀਓ ਕਾਲਿੰਗ ਹੁੰਦੀ ਹੈ, ਡਾਕਟਰ ਬਿਜ਼ੀ ਹੁੰਦੇ ਆ ਇਨਡੋਰ ਮਰੀਜ਼ ਨਾਲ, ਉਹਨਾਂ ਨੂੰ ਬੜੀ ਦਿੱਕਤਾਂ ਫੇਸ ਕਰਨੀ ਪੈਂਦੀ ਹੈ, ਜਿੱਥੇ ਉਹ ਕਿਸੇ ਵੀ ਡਾਕਟਰ ਨਾਲ ਸਿੰਪਲ ਜੀ ਗੱਲ ਕਰਕੇ ਇਹ ਨਹੀਂ ਜਾਣ ਪਾਉਂਦੇ ਕਿ ਉਹਨਾਂ ਦੀ ਬਿਮਾਰੀ ਕਿੰਨੀ ਸਿਵੀਅਰ ਹੈਗੀ ਹੈ, ਉਹਨਾਂ ਨੂੰ ਦਾਖਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਆਕਸੀਜਨ ਮਾਪਣੀ ਚਾਹੀਦੀ ਹੈ ਕਿੱਦਾਂ ਮਾਪੀਏ, ਜਾਂ ਆਕਸੀਜਨ ਜੇ ਉਹਨਾਂ ਦੀ ਆ ਗਈ 95 ਹੈ 96 ਹੈ ਉਹਦਾ ਕੀ ਮਤਲਬ ਹੈ, ਬੁਖਾਰ ਉਹਨਾਂ ਨੂੰ 102 ਤੋਂ ਜ਼ਿਆਦਾ ਹੋ ਗਿਆ ਤਾਂ ਦਵਾਈ ਲਈਏ ਨਹੀਂ ਲਈਏ, ਕਿਹੜੀ ਦਵਾਈ ਲਈਏ, ਇਹ ਸਾਰੇ ਸਵਾਲ ਉਹਨਾਂ ਲਈ ਬੜੇ ਜ਼ਰੂਰੀ ਹੁੰਦੇ ਹੈ। ਅੱਜ 5ਵਾਂ ਦਿਨ ਹੋ ਗਿਆ, ਅੱਜ 6ਵਾਂ ਦਿਨ ਹੋ ਗਿਆ, ਅੱਜ 10ਵਾਂ ਦਿਨ ਹੋ ਗਿਆ, ਦੁਬਾਰਾ ਬੁਖਾਰ ਚੜ ਗਿਆ ਉਹਦਾ ਕੀ ਮਤਲਬ ਹੈ, ਅਗਰ ਬਲੈਕ ਫੰਗਸ ਦਾ ਉਹਨਾਂ ਨੇ ਨਾਂ ਸੁਣ ਲਿਆ ਉਸ ਬਿਮਾਰੀ ਕਰਕੇ ਉਹਨਾਂ ਨੂੰ ਡਾਊਟ ਹੋ ਗਿਆ, ਉਹ ਘਬਰਾ ਗਏ ਅਤੇ ਉਹਨਾਂ ਨੂੰ ਉਹ ਚਾਹੁੰਦੇ ਹੈ ਕਿ ਕਿਸੇ ਨੂੰ ਫਟਾਫਟ ਅਪਰੋਚ ਕਰ ਲਏ ਜੋ ਉਹਨਾਂ ਨੂੰ ਗਾਈਡ ਕਰ ਸਕਦਾ ਹੈ। ਅਤੇ ਇਹ ਪ੍ਰੋਬਲਮ ਸੋਚਦੇ ਹੋਏ ਆਪਨੇ ਕੀ ਕੀਤਾ, ਆਪਣੇ ਨਾਲ ਕਿੰਨੇ ਡਾਕਟਰ ਜੁੜੇ ਹੋਏ ਨੇ, ਸਮਾਜ ਦੇ ਵਿੱਚ ਬਹੁਤ ਸਾਰੇ ਡਾਕਟਰ ਨੇ ਜੋ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਸਾਰਾ ਡਾਕਟਰਾਂ ਨੂੰ ਆਮ ਆਦਮੀ ਪਾਰਟੀ ਨੇ ਜੋੜਿਆ ਅਤੇ ਇੱਕ ਆਪ ਦਾ ਡਾਕਟਰ ਕਰਕੇ ਹੈਲਪਲਾਈਨ ਉਹਨਾਂ ਨੇ ਸ਼ੁਰੂ ਕੀਤੀ ਹੈ। ਸਰ, ਇਸ ਹੈਲਪਲਾਈਨ ਦੇ ਵਿੱਚ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਗਾਈਡੈਂਸ ਜਿਹੜੀ ਹੈ ਦਿੱਤੀ ਜਾਏਗੀ ਜਾਂ ਉਹਨਾਂ ਪੇਸ਼ੈਂਟਸ ਨੂੰ ਕਿਸ ਤਰੀਕੇ ਦੇ ਨਾਲ? ਹਾਂਜੀ, ਇਹ ਆਪ ਦਾ ਡਾਕਟਰ ਹੈਲਪਲਾਈਨ ਹੈ, ਇਹ ਆਪ ਦੇ ਵਾਸਤੇ ਹੈਗੀ, ਇਹ ਮਰੀਜ਼ਾਂ ਵਾਸਤੇ ਹੈਗੀ, ਪੰਜਾਬ ਦੀ ਜਨਤਾ ਵਾਸਤੇ ਹੈਗੀ। ਇਹ ਨੰਬਰ ਹੈਗਾ 7827275743। ਮੈਂ ਇੱਕ ਵਾਰ ਦੁਬਾਰਾ ਦੱਸ ਦੇਣਾ 7827275743। ਇਹ ਆਪ ਦਾ ਡਾਕਟਰ ਹੈਲਪਲਾਈਨ 'ਤੇ ਕੋਈ ਵੀ ਕੋਰੋਨਾ ਤੋਂ ਸੰਬੰਧਿਤ ਮਰੀਜ਼ ਜਾਂ ਉਸਦਾ ਰਿਸ਼ਤੇਦਾਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਰੀ ਹੁੰਦੀ ਹੈ, ਕੋਈ ਸਵਾਲ ਹੁੰਦਾ ਉਹ ਫੋਨ ਕਰ ਸਕਦੇ ਹੈ, ਉਹਦੇ ਵਿੱਚ ਪੁੱਛ ਸਕਦੇ ਹੈ, ਡਾਕਟਰ ਫੋਨ ਚੁੱਕੂਗਾ ਅਤੇ ਡਾਕਟਰ ਤੁਹਾਨੂੰ ਦੱਸੇਗਾ ਕਿ ਇਹ ਤੁਹਾਡੀ ਪ੍ਰੋਬਲਮ ਹੈ ਅਤੇ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ਅਫਕੋਰਸ ਫੋਨ ਨੰਬਰ 'ਤੇ ਤਾਂ ਦਾਖਲ ਹੋ ਨਹੀਂ ਸਕਦੇ, ਪਰ ਜੇ ਪ੍ਰੋਬਲਮ ਉਹਨਾਂ ਉਹ ਡਾਕਟਰਾਂ ਨੂੰ ਲੱਗੇਗੀ ਕਿ ਇਸ ਵੇਲੇ ਤੁਹਾਨੂੰ ਦਾਖਲ ਹੋਣ ਦੀ ਲੋੜ ਹੈ, ਤੁਹਾਡਾ ਆਕਸੀਜਨ ਸੈਚੂਰੇਸ਼ਨ 92 ਤੋਂ ਘੱਟ ਚਲਾ ਗਿਆ, ਤੁਹਾਨੂੰ ਦਾਖਲ ਹੋਣਾ ਚਾਹੀਦਾ, ਉਹ ਤੁਹਾਨੂੰ ਗਾਈਡ ਕਰਨਗੇ। ਜੇ ਕਿਸੇ ਸ਼ਹਿਰ 'ਚ ਹੈ ਉਹਦੇ ਵਿੱਚ ਕੋਸ਼ਿਸ਼ ਕਰਨਗੇ, ਜੇ ਉਹਦੇ ਵਿੱਚ ਆਮ ਆਦਮੀ ਪਾਰਟੀ ਫਰਦਰ ਹੈਲਪ ਕਰਕੇ ਉਹਨਾਂ ਦੇ ਐਡਮਿਸ਼ਨ ਬਾਰੇ ਜਾਂ ਕਿਸੇ ਹੋਰ ਬਾਰੇ ਅਗਰ ਹੈਲਪ ਕਰ ਸਕਦੀ ਹੈ। ਬਟ ਬਹੁਤ ਸਾਰੀ ਪ੍ਰੋਬਲਮ ਐਸੀ ਹੁੰਦੀ ਹੈ, 90% ਮਰੀਜ਼ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਕੋਈ ਡਾਕਟਰ ਕੁਆਲੀਫਾਈਡ ਡਾਕਟਰ, ਇਹ ਸਾਰੇ ਡਾਕਟਰ ਜੋ ਆਪ ਦਾ ਡਾਕਟਰ ਹੈਲਪਲਾਈਨ ਦੇ ਹੋਣਗੇ ਕੁਆਲੀਫਾਈਡ ਹੋਣਗੇ, ਅਤੇ ਜੇ ਇਹ ਡਾਕਟਰ ਕੋਈ ਕੁਆਲੀਫਾਈਡ ਡਾਕਟਰ ਉਹਨੂੰ ਦੱਸ ਸਕਦਾ ਕਿ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਹੈ, ਇਹ ਦਵਾਈ ਲੈ ਕੇ ਕਰੋਸੀਨ ਲੈ ਕੇ ਜਾਂ ਕੁਝ ਹੋਰ ਕਰਕੇ ਘਰੇ ਰਹਿ ਸਕਦੇ ਹੈ ਅਤੇ ਉਹਨਾਂ ਨੂੰ ਬਹੁਤ ਰਿਲੀਫ ਮਿਲ ਸਕਦਾ ਹੈ। ਦੂਜੀ ਗੱਲ ਇਹ ਵੀ ਹੈ ਕਿ ਜਦੋਂ ਕੋਈ ਮਰੀਜ਼ ਬਿਮਾਰ ਜ਼ਿਆਦਾ ਹੋ ਰਿਹਾ ਹੈ ਫੋਨ 'ਤੇ ਗੱਲ ਕਰਕੇ ਜੇ ਡਾਕਟਰ ਉਹਨਾਂ ਨੂੰ ਇਹ ਦੱਸ ਸਕਦੇ ਦਿੰਦੇ ਹੈ ਕਿ ਇਹ ਤੁਹਾਡੀ ਸਿਕਨੈਸ ਵੱਧ ਰਹੀ ਹੈ, ਤੁਹਾਨੂੰ ਦਾਖਲ ਹੋਣਾ ਚਾਹੀਦਾ ਹੈ, ਅਤੇ ਟਾਈਮ 'ਤੇ ਅਗਰ ਕੋਈ ਦਾਖਲ ਹੋ ਗਿਆ ਤਾਂ ਉਹ ਪ੍ਰੋਬਲਮ ਉਹਨਾਂ ਦੀ ਟਾਈਮ 'ਤੇ ਪਕੜ ਸਕਦੀ ਹੈ ਅਤੇ ਲਾਈਫ ਸੇਵ ਹੋ ਸਕਦੀ ਹੈ।
आपका डॉक्टर लाइफ ए हेल्पलाइन ये बहुत ज़्यादा जरूरी सी। कांग्रेस तो अपने आपसी झगड़ा च लगी हुई है, उन्होंने तो सिटा दी पई है, वो एक दूजे पर आरोप लाते दूजे उन्होंने आरोप लाते, उन्होंने पंजाब की पई नहीं तो पंजाब के लोगों वास्ते जो लोग रुलते फिरते हैं परेशान हो ही रेंगे है घरें रोंद रेंगे कि सानू की हो गया आप करिए, तो इस करके जिम्मेवारी समझते हुए आप आर्मी पार्टी ने ये आपका डॉक्टर करके हेल्पलाइन जारी की है। ये नंबर मैं तुहानू दसता है, ये नंबर जो तुम चाहते हो मैं एक बार होर रिपीट कर देना ताकि तुम लिख लो। देखो जी साडा फर्ज है कि आप मरीजा की हेल्प करिए, इस हेल्पलाइन के जरिए आप मरीजा की पंजाब के लोगों की हेल्प करना चाहते हैं। उम्मीद करते हैं कि 24 घंटे जो हेल्पलाइन अवेलेबल रहेगी वह मरीज तो मरीजा के रिश्तेदार फोन करके जो उन्होंने सवाल होंगे वो हेल्प कर सकते हेल्प होगी। मैनू इदा लगता है कि इस हेल्पलाइन के जरिए हजारों लाख मरीज तो उन्होंने रिश्तेदार ये फोन करके अपनी क्वेरी सॉल्व कर सकते हैं, उन्होंने जरूर हेल्प मिलेगी। तो ये नंबर मैं तुहानू पहले भी दस दिता सी, एक बार होर मैं तुहानू दस देना ताकि उहदे विच ये नंबर हैगा 7827275743। तो सारे मरीजों तो पंजाब के लोगों तो मैं ये रिक्वेस्ट करता कि जे उन्होंने किसी भी तरह का कोरोना बारे या कोरोना तो जो कॉम्प्लीकेशन अजकल होर काली फंगस करके ब्लैक फंगस करके आप सुन रहे हैं, जे कोई भी उन्होंने सवाल इस बारे होंदा है वो इस फोन पर 24 घंटे फोन करके एक्सपर्ट डॉक्टर तो अपनी जानकारी लैके अपनी प्रॉब्लम सॉल्व कर सकते हैं। थैंक यू वेरी मच। हाँ जी, हो जी, ठीक है।